ਅਸੀਂ ਹੁਣ ਡਿਨਰ ਕਰਨ ਲਈ ਜਾ ਰਹੇ ਹਾਂ ਅਤੇ ਇਹ ਇੱਕ ਤਰ੍ਹਾਂ ਦੀ ਮੇਨ ਸਟਰੀਟ ਹੈ ਜਿਹਦੇ ਆਪਣਾ ਚੰਡੀਗੜ੍ਹ 'ਚ 17 ਸੈਕਟਰ ਹੈ। ਇੱਥੇ ਸਾਰੇ ਫੂਡ ਦੀ ਦੁਕਾਨ ਹੈ, ਅਸੀਂ 2 ਕਿਲੋਮੀਟਰ ਚੱਲ ਚੁੱਕੇ ਹਾਂ ਅਤੇ ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਹੈ। ਇੱਕ ਆਹ ਬੜੀ ਹਾਸੇ ਵਾਲੀ ਗੱਲ ਹੈ, ਇਹ ਮੈਕਸੀਕਨ ਰੈਸਟੋਰੈਂਟ ਹੈ ਲੋਪੀਤਾ, ਲੇਕਿਨ ਇਹਨੂੰ ਚਲਾਉਣ ਵਾਲਾ ਪਾਕਿਸਤਾਨੀ ਹੈ। ਹਾਲਾਂਕਿ ਪਾਕਿਸਤਾਨੀ ਪੰਜਾਬੀ ਵੀ ਕਿਸੇ ਗੱਲੋਂ ਘੱਟ ਨਹੀਂ ਹੈ ਸਾਡੇ ਇੰਡੀਅਨ ਪੰਜਾਬੀ ਨਾਲੋਂ, ਉਹ ਵੀ ਸਾਰੇ ਹੀ ਚਲਾਉਂਦੇ ਰਹਿੰਦੇ ਆ। ਇਹ ਤੁਸੀਂ ਦੇਖੋ ਵੀ ਇੱਥੇ ਕਿੰਨੀ ਦੂਰ ਤੱਕ ਸਾਰੇ ਦੇ ਸਾਰੇ ਰੈਸਟੋਰੈਂਟ ਹੈ। ਉਹ ਪਿੱਛੇ ਤੁਹਾਨੂੰ ਮੈਂ ਥੋੜ੍ਹਾ ਜ਼ੂਮ ਕਰਕੇ ਦੇਖਦਾ, ਲਾਈਟ ਜਿੱਥੇ ਹੈਗੀ ਹੈ ਗ੍ਰੀਨ ਕਾਰ ਖੜ੍ਹੀ ਹੈ, ਇਹ ਹਾਫ ਸੀਗੀ। ਅਸੀਂ ਇੱਥੋਂ ਹੋਰ ਅੱਗੇ ਅਸੀਂ ਜਾਣਾ ਅਤੇ ਸਾਹਮਣੇ ਮੈਂ ਤੁਹਾਨੂੰ ਹੋਰ ਦਿਖਾ ਰਿਹਾ। ਇਹ ਕਾਫੀ ਅੱਛਾ ਏਰੀਆ ਬਣ ਗਿਆ ਕ੍ਰੋਸਬਰਗ। ਅੱਜ ਤੋਂ 20-30 ਸਾਲ ਪਹਿਲਾਂ ਇਹ ਕਾਫੀ ਮਾੜਾ ਏਰੀਆ ਸਮਝਿਆ ਜਾਂਦਾ ਸੀਗਾ। ਇਸ ਮੇਨ ਸੜਕ ਤੋਂ ਸਾਈਡ 'ਤੇ ਜਿਹੜੀਆਂ ਸੜਕਾਂ ਹੈਗੀਆਂ ਉੱਥੇ ਵੀ ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਹੈਗੇ। ਇਹ ਛੋਟਾ ਜਿਹਾ ਇੱਕ ਬੀਅਰ ਬਾਰ ਬਣਿਆ ਹੋਇਆ, ਇਹ ਇੱਕ ਕ੍ਰੋਸਿੰਗ ਸਟਰੀਟ ਹੈ, ਇਹ ਵੀ ਕਾਫੀ ਵੱਡੀ ਮੇਨ ਸਟਰੀਟ ਦੀ ਤਰ੍ਹਾਂ ਹੋ ਗਈ। ਹੁਣ ਤੁਹਾਨੂੰ ਦੱਸ ਰਿਹਾ ਇੱਕ ਛੋਟਾ ਜਿਹਾ ਚੌਂਕ ਹੈ, ਹਰ 100 ਮੀਟਰ ਜਿੱਦਾਂ ਆਪਣੇ ਇੰਡੀਆ 'ਚ ਵੀ ਸੜਕਾਂ ਕ੍ਰੋਸ ਕਰਦੀਆਂ ਚੌਂਕ ਬਣੇ ਹੁੰਦੇ। ਅਤੇ ਇਹ ਤੁਸੀਂ ਦੇਖ ਲਓ ਸਾਰੀਆਂ ਇਹਨਾਂ ਦੀਆਂ ਬਿਲਡਿੰਗਾਂ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ। ਇਹ ਸਾਰੀ ਸੜਕ ਅਸੀਂ 2 ਬਲੋਕਸ ਕ੍ਰੋਸ ਕੀਤੇ, ਤੁਸੀਂ 2 ਬਲੋਕਸ ਦੇਖ ਲਓ ਸਾਰਾ ਹੀ ਦੂਰ ਤੱਕ ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਹੈ। ਵਿੱਚ 2 ਇੰਡੀਅਨ ਰੈਸਟੋਰੈਂਟ ਵੀ ਸੀਗੇ, ਲੇਕਿਨ ਉਹ ਦੋਨੋਂ ਦੇ ਦੋਨੋਂ ਪਾਕਿਸਤਾਨੀ ਚਲਾ ਰਹੇ ਸੀਗੇ। ਹੁਣ ਅਸੀਂ ਨੈਕਸਟ ਬਲੋਕ ਜਾ ਰਹੇ ਹਾਂ, ਮੈਂ ਤੁਹਾਨੂੰ ਦਿਖਾ ਦਿੰਦਾ ਅਸੀਂ ਕ੍ਰੋਸ ਕਰਕੇ ਨੈਕਸਟ ਬਲੋਕ ਦਾ ਵੀਡੀਓ, ਮੈਂ ਅੱਗੇ ਜਾ ਕੇ ਦਿਖਾਉਂਗਾ। ਅਸੀਂ ਇਸ ਵੇਲੇ ਕ੍ਰੋਸ ਕਰਕੇ ਵਿੱਚ ਇੱਕ ਵਿਕਟੋਰੀਆ ਪਾਰਕ ਹੈ, ਉੱਥੇ ਖੜ੍ਹੇ। ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ, ਇਹ ਇਹਨਾਂ ਨੇ ਇੱਕ ਵਾਟਰਫਾਲ ਬਣਾਇਆ ਹੋਇਆ, ਉਹ ਦੇਖੋ ਤੁਸੀਂ ਉੱਥੋਂ ਦੀ। ਮੈਂ ਜ਼ੂਮ ਕਰ ਰਿਹਾ, ਫੋਕਸ ਕੀਤਾ, ਆਲਮੋਸਟ 500 ਮੀਟਰਸ ਤੋਂ ਚੱਲਣਾ ਚੱਲਦਾ ਚੱਲਦਾ ਆ ਰਿਹਾ। ਸੋ ਇਟਸ ਰੀਅਲੀ ਨਾਈਸ। And water is okay, is green because of algae, but still you can see, now I have zoomed back, how far is it, and that's a unusual figure, area figures left and wagera diya chote chote charne te bhi banayi hundi hai। ਹੁਣ ਅਸੀਂ ਹੁਣ ਇਹ ਵਾਲੀ ਸੜਕ ਦੇ ਵਿੱਚ ਜਾਵਾਂਗੇ। ਇਹ ਜਿਹੜੀ ਫੂਡ ਸਟਰੀਟ ਸੀਗੀ ਮੈਂ ਤੁਹਾਨੂੰ ਦਿਖਾ ਰਿਹਾ, ਇੱਥੇ ਤੱਕ ਆ ਰਹੀ ਸੀਗੀ, ਇੱਥੋਂ ਪਿੱਛੋਂ ਸਾਰੀ ਦੀ ਸਾਰੀ ਖੂਬਸੂਰਤ ਹੈ। ਇਹ ਹੁਣ ਤੁਸੀਂ ਮਕਾਨ ਦੇਖੋ, ਸਾਰਿਆਂ ਦੇ ਸਾਰੇ ਇਹਨਾਂ ਨੇ ਆਪਣੇ ਜਿਹੜਾ ਵੀ ਓਰੀਜਨਲ ਸਟਾਈਲ ਆ ਉਹ ਉਹਨੂੰ ਪ੍ਰਿਜ਼ਰਵ ਕਰਦੇ, ਉਹਨੂੰ ਉਸ ਤਰ੍ਹਾਂ ਬਣਾ ਕੇ ਰੱਖਦੇ। ਇੱਕ ਸਾਡੇ ਵਾਲੇ ਕਿ ਕੋਈ ਵੀ ਪੁਰਾਣੀ ਹਵੇਲੀ ਹੋਏਗੀ, ਕੁਛ ਵੀ ਹੋਵੇ, ਉਹਨੂੰ ਪਹਿਲਾਂ ਤੋੜ ਕੇ ਉੱਥੇ ਸੰਗ ਮਰਮਰ ਲਗਾ ਦਿੰਦੇ। ਉਹਨਾਂ ਨੂੰ ਬਸ ਸੰਗ ਮਰਮਰ ਜਾਂ ਟਾਈਲਾਂ ਤੋਂ ਇੰਨਾ ਸ਼ੌਂਕ ਹੋ ਗਿਆ ਕਿ ਉਹ ਕੁਛ ਵੀ ਉਹਨਾਂ ਨੂੰ ਅੱਛਾ ਨਹੀਂ ਲੱਗਦਾ, ਕੋਈ ਵੀ ਚੀਜ਼ ਹਿਸਟੋਰੀਕਲ ਹੋਵੇ, ਪੁਰਾਣੀ ਹੋਵੇ, ਉਹਨਾਂ ਨੂੰ ਤੋੜਨ ਦੀ ਕਰ। ਜਿਹੜਾ ਅਸੀਂ ਨੀਚੋਂ ਦੇਖਿਆ ਸੀਗਾ ਵਿਕਟੋਰੀਆ ਮੈਮੋਰੀਅਲ, ਹੁਣ ਅਸੀਂ ਉੱਪਰ ਪੱਥਰਾਂ ਦੀ ਸਟੇਅਰਸ ਬਣੇ ਹਾਂ, ਉੱਪਰ ਤੱਕ ਆਏ ਹਾਂ। ਇਹ ਉੱਪਰ ਜਿਹੜੀ ਮੋਨੂਮੈਂਟ ਆ ਉਹ ਵਾਲੀ ਹੈਗੀ ਹੈ, ਇਹਦੇ ਆਸੇ ਪਾਸੇ ਪਾਰਕ ਬਣਿਆ, ਲੋਕ ਇੱਥੇ ਬੈਠ ਕੇ ਆਪਣਾ ਦੇਖਦੇ ਰਹਿੰਦੇ ਆ। ਹੁਣ ਮੈਂ ਤੁਹਾਨੂੰ ਉੱਪਰੋਂ ਦੀ ਨੀਚੇ ਲੈ ਕੇ ਜਾਂਦਾ। ਇਹ ਦੇਖੋ ਅਸੀਂ ਬਿਲਕੁਲ ਨੀਚੇ ਸੀਗੇ,
मैं थोड़ा हौली हौली जूम करके दिखाना। ये उपरों भी वाटर फ्लो कर रहे पानी, सारे जने इतने बैठ के इंजॉय कर रहे। देखो मैं थोड़ा जहा जूम किया है, बिल्कुल नीचे तक ये तुसी दूर तक बर्लिन का व्यू देख सकते हो। इसी विक्टोरिया पार्क,